ਸਾਡੀ ਦੁਕਾਨ ਤੋਂ ਚੋਰੀ ਹੋਈ ਆ ਸਾਈਕਲ ਸਾਡੀ। चोरी किया मुंडा सामने मुंडे नू ले जाओ मैं मुंडा कित्थे ले जाओ मालक मुकन दिया या मालक कोई भी देखो पुछे बेच नहीं आन दिया है मालक कहिंदा मेरा कोई नहीं है बेच मतलब नहीं मुंडा तुहाडा पढ़दा कित्थे कित्थे पढ़दा बेटा तुहाडा सामने सरकारी स्कूल है केड़ी जगह ते केड़ी जगह ते गांधी कैंप ते अच्छा सरकारी स्कूल पढ़दा है किन्नी देर तो पढ़दा जी इत्थे ए हजे 9वीं च पाया है ते कई स्कूल सीगा पहला कबीर नगर पढ़दा सीगा इत्थे की हवा भरवाणी सी उहने की कीता नहीं इत्थे ब्रेक उहदी माड़ी जी खराब होई सी नवां ही साइकिल है 7 दिन हजे 20 दिन नहीं होए ले नो ते ओ ब्रेक माड़ी जी कसनी सीगी इसने ते इस मुंडे ने दूजे मुंडे नु कहया ब्रेक कस दे ते ओ मुड़ के लेके चला गया ठीक है नहीं एदा मतलब ਤੁਹਾਡੇ ਮੁੰਡੇ ਦੇ ਸਾਹਮਣੇ ਕੋਈ ਸਾਈਕਲ ਲੈ ਕੇ ਆ ਹਾਂਜੀ ਮੁੰਡੇ ਦੇ ਸਾਹਮਣੇ ਮੁੰਡੇ ਨੂੰ ਕਹਿੰਦਾ ਮੈਂ ਆਇਆ ਟਰਾਈ ਲੈ ਕੇ ਵੀ ਚਲਾਣਾ ਆ ਦੱਸੋ ਤੇ ਟਰਾਈ ਲੈ ਕੇ ਤੇ ਮੁੜ ਕੇ ਆਇਆ ਨਹੀਂ ਵਾਪਸ ਤੇ ਵੱਧ ਘੱਟ ਬੋਲਣ ਦੇ ਆ ਮਾਲਕ ਉਹਨਾਂ ਦਾ ਕਹਿੰਦਾ ਮੁੰਡੇ ਨੂੰ ਲੈ ਜਾਓ ਮੇਰੇ ਨੌਕਰ ਨੂੰ ਮੈਂ ਨੌਕਰ ਨੂੰ ਕੀ ਕਰਨਾ ਮੈਨੂੰ ਤਾਂ ਸਾਈਕਲ ਚਾਹੀਦਾ ਮੈਨੂੰ ਇਹੋ ਹੀ ਚਾਹੀਦਾ ਵੀ ਮੈਨੂੰ ਸਾਈਕਲ ਮਿਲ ਜਾਵੇ ਮੇਰਾ ਬੱਚਾ ਸਕੂਲ ਆ ਸਕੇ ਤੇ ਕੋਈ ਕੰਪਲੇਂਟ ਵੀ ਤੁਸੀਂ ਪੁਲਿਸ ਨੂੰ ਦਿੱਤੀ ਹੈ ਕੰਪਲੇਂਟ ਵੀ ਲਿਖਾਈ ਆ ਥਾਣੇਦਾਰ ਆਏ ਅੰਦਰ ਇਹਨਾਂ ਨੇ ਵੜ ਕੇ ਚਾਹ ਪਾਣੀ ਪਿਲਾਇਆ ਪਤਾ ਨਹੀਂ ਕੀ ਕੀਤਾ ਉਹਨਾਂ ਨੇ ਕੋਈ ਕੈਮਰਾ ਨਹੀਂ ਦੇਖਿਆ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਨੀ ਕੈਮਰੇ ਲੱਗੇ ਉਹ ਤਾਂ ਗਲੀ ਦੇ ਵਿੱਚ ਹਾਂਜੀ ਕੈਮਰਾ ਲੱਗੇ ਹੋਏ ਆ ਕੋ ਕੋਠੀ 'ਚ ਲੱਗਿਆ ਸਕੂਲ ਦੇ ਲੱਗੇ ਹੋਏ ਆ ਦੋ ਕੈਮਰੇ ਮੈਂ ਕੀ ਦੱਸਣਾ ਯਾਰ ਉਹ ਤੁਹਾਡੇ ਹੁਣ ਆਏ ਤੁਸੀਂ ਦੱਸ ਦਿਓ ਨਾ ਤੁਸੀਂ ਆਪਣਾ ਦੱਸ ਦਿਓ ਕੈਮਰੇ ਭਾਜੀ ਦੋ ਦੋ ਤਿੰਨ ਤਿੰਨ ਲੱਗੇ ਆ ਸਕੂਲ 'ਚ ਵੀ ਲੱਗੇ ਆ ਸਾਹਮਣੇ ਕੋਠੀ 'ਚ ਲੱਗੇ ਆ ਮੈਂ ਹੋਣ ਨਹੀਂ ਹੈਗੀ ਬਸ ਇਹੋ ਹੀ ਆ ਇਹਨਾਂ ਦੇ ਪਾਵਰ ਹੈਗੀ ਆ ਇਸ ਕਰਕੇ ਪੁਲਿਸ ਵੀ ਚੁੱਪ ਕਰਕੇ ਚੱਲ ਗਈ ਆ ਤਾਂ ਦੋਸਤੋ ਦੱਸ ਦਈ ਕਿ ਗਾਂਧੀ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇੱਕ ਲੜਕਾ ਜਿਹੜਾ ਬ੍ਰੇਕ ਸਹੀ ਕਰਵਾਉਣ ਦੇ ਲਈ ਇੱਕ ਦੁਕਾਨ ਤੇ ਆਇਆ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਦੱਸਣ ਮੁਤਾਬਕ ਇੱਥੇ ਕੋਈ ਲੜਕਾ ਸੀਗਾ ਉਹ ਜਿਹੜਾ ਇਹਨਾਂ ਦਾ ਸਾਈਕਲ ਆ ਲੈ ਕੇ ਰਫੂ ਚੱਕਰ ਹੋ ਗਿਆ ਔਰ ਇਹ ਪਰਿਵਾਰ ਦੇਖ ਸਕਦੇ ਹੋ ਕਿ ਕੰਪਲੇਂਟ ਵੀ ਦਰਜ ਕਰਾ ਗਿਆ ਥਾਣਾ 2 ਦੇ ਵਿੱਚ ਇਹਨਾਂ ਨੇ ਜਿਹੜੀ ਹੈ ਇਹ ਬੱਚੇ ਦਾ ਦਿਖਾਓ ਰੈਂਟ ਤੇ ਰਹਿੰਦੇ ਪਏ ਅਸੀਂ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਕੁਝ ਨਹੀਂ ਪਤਾ ਮੈਂ ਵਿਆਹ ਤੇ ਪੈਸੇ ਫੜ ਕੇ ਕਿੱਦਾਂ ਸਾਈਕਲ ਲੈ ਕੇ ਦਿੱਤਾ ਸੀ ਬੱਚੇ ਨੂੰ ਸਕੂਲ ਆਉਣ ਨੂੰ ਇਸ ਬੰਨੇ ਵਾਲੇ ਉਹਨਾਂ ਸਾਈਕਲ ਖੋਲਿਆ ਨਹੀਂ ਬੱਚੇ ਕਿੰਨੀ ਦੇਰ ਤੋਂ ਸਾਈਕਲ ਤੇ ਆਂਦਾ ਸੀਗਾ ਜੀ ਇਹ ਬੱਚਾ ਜੇ ਮਹੀਨਾ 2 ਮਹੀਨੇ ਹੀ ਹੋਇਆ ਸਾਈਕਲ ਨਵਾਂ ਲੈ ਕੇ ਦਿੱਤਾ ਪਹਿਲਾਂ ਪੁਰਾਣਾ ਸੀਗਾ ਤੋ ਖਰਾਬ ਰਹਿੰਦਾ ਸੀਗਾ ਉਹ ਦੇ ਕੇ ਤੇ ਫਿਰ ਨਵਾਂ ਮੈਂ ਵਿਆਹ ਤੇ ਪੈਸੇ ਫੜ ਕੇ ਇਹਨੂੰ ਸਾਈਕਲ ਲੈ ਕੇ ਦਿੱਤਾ 7000 ਬਸ ਇਹੀ ਹੈ ਮੁੰਡਾ ਜੀ ਜਿਹਦੇ ਸਹੀ ਕੀਤਾ ਸੀਗਾ ਹਾਂਜੀ ਆਹੀ ਮੁੰਡਾ ਹੈ ਕੀ ਹੋਇਆ ਕੀ ਸੀਗਾ ਜੀ ਇਹਦੇ ਨਾਲ ਮੁੰਡਾ ਨਹੀਂ ਇਹ ਸਾਈਕਲ ਤੁਸੀਂ ਮਤਲਬ ਪੈਸੇ ਵਿਆਜ ਤੇ ਫੜੇ ਸੀਗੇ ਉਹ ਕਹਿ ਰਹੇ ਤੁਹਾਡੇ ਕੋਲ ਬਸ ਵਿਆਜੀ ਪੈਸੇ ਫੜ ਕੇ ਤੁਸੀਂ ਸਾਈਕਲ ਲੈਤਾ ਤੇ ਉਹ ਹੀ ਜਿਹੜਾ ਹੁਣ ਚੋਰੀ ਹੋ ਗਿਆ ਚੋਰੀ ਹੋ ਗਿਆ ਨਹੀਂ ਬੇਟਾ ਦੱਸ बिल्कुल सामने एक दुकान है जिथे कोई बच्चा अपनी ब्रेक ठीक कराने गया साइकल लड़का बैठा ब्रेक तो ठीक की उन्होंने कहा कि मैं ट्राई करके आना जो ट्राई की वापिस नहीं आया साइकिल लेके साइकिल ब्रेक ठीक कर दे मेरा बच्चा ओनू नहीं जानता इनू कहा तो इन्हें ओनू कहता जेड़ा नाल मुंडा बैठा सीगा तो उन्हें ब्रेक ठीक की तो वह मुड़ के कहना मैं ट्राई लेके आया तो मुड़ के वापस नहीं आया सामने कैमरे लगे हुए ओथों कैमरे च कढ़ा देंगे बार बार कदी किसे नूं आंदे कदी किसे नूं पता लै वैसे सर चलो मैं देखो हाँ माड़े बंदे मैं पता नहीं, नहीं, नहीं। सवाल एक हाँ वो कहते कि जो बच्चा स्कूलों निकलिया कहते कि ब्रेक कसान दे लई कोई नहीं पाजी इत्थे मैं दुकान ते नहीं हैगा पहली गल ते पहली गल ते मैं दुकान ते नहीं हैगा नहीं सीगे हाँ जी वो कहते कि लड़का कोई सीगा ब्रेक असल प्लास चुका है दुकान तो ही ठीक है पर देखो तो आड़ा कोई उजार चक सकता बिना उजार नहीं चक सकता देखो हूं बंदा उधर बिजी है ठीक है
ਉਧਰ ਬੜੇ ਬਿਜੀ ਹੈ ਉਹ ਅਧਰ ਕੋਈ ਚੀਜ਼ ਲੈ ਲਿਆ ਕੋਈ ਕੀ ਕਹੀਏ ਹੁਣ ਤੁਸੀਂ ਆ ਗਏ ਤੁਹਾਨੂੰ ਕੀ ਕਹੀਏ ਤੁਹਾਨੂੰ ਚੀਜ਼ ਨਹੀਂ ਇੱਕ ਚੀਜ਼ ਨਾ ਉਹ ਕਹਿੰਦੇ ਕਿ ਇਹਨਾਂ ਨੇ ਆਪ ਜਿਹੜਾ ਲੜਕਾ ਸੀਗਾ ਉਹਨੇ ਆਪ ਚੱਕ ਲਿਆ ਨਹੀਂ ਨਹੀਂ ਭਾਜੀ ਦੁਕਾਨਦਾਰ ਕੋਈ ਵੀ ਇੱਦਾਂ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਦੁਕਾਨਦਾਰ ਕਦੇ ਵੀ ਕੋਈ ਚੀਜ਼ ਇੱਦਾਂ ਨਹੀਂ ਦਿੰਦਾ ਕਿਸੇ ਨੂੰ ਦੁਕਾਨਦਾਰ ਕਦੇ ਵੀ ਕੋਈ ਚੀਜ਼ ਕਿਸੇ ਨੂੰ ਦਿੰਦਾ ਨੀਗਾ ਕੋਈ ਚੀਜ਼ ਚੱਕ ਸਕਦਾ ਇੱਦਾਂ ਤੁਹਾਡੇ ਨਾਲ ਵਟਾਣੀ ਗੱਲ ਹੈ ਬਿਨਾ ਤੁਹਾਡੇ ਦੱਸੇ ਜਾਂ ਤੁਹਾਡਾ ਨੋਨ ਨਾ ਹੋਵੇ ਤੁਹਾਡਾ ਵਾਕਫ ਵੀ ਨਾ ਹੋਵੇ ਵਾਕਫ ਦੇਖੋ ਹੁਣ ਦੇਖੋ ਬਾਈ ਚੰਦ ਤੁਹਾਡਾ ਮੁੰਡਾ ਵੀ ਕਹਿ ਰਿਹਾ ਕਹਿੰਦਾ ਅੰਦਰੋਂ ਉਹਨੇ ਪਲਾਸ ਚੱਕਿਆ ਉਹਨੇ ਠੀਕ ਕੀਤਾ ਮੈਨੂੰ ਨਹੀਂ ਪਤਾ ਚੱਕਿਆ ਤੇ ਨਹੀਂ ਚੱਕਿਆ ਉਹਨੂੰ ਮੁੰਡੇ ਨੂੰ ਪਤਾ ਤੁਹਾਡੇ ਸਾਹਮਣੇ ਕਹਿ ਰਿਹਾ ਮੁੰਡੇ ਨੂੰ ਪੁੱਛ ਲਓ ਉਹਨੂੰ ਕੀ ਡਿਟੇਲ ਜਿਹਨੇ ਦਾ ਸਾਈਕਲ ਉਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ ਉਹ ਮੈਂ ਪੁੱਛ ਲਓ ਤੁਹਾਡੇ ਮੁੰਡਾ ਕੋਈ ਮੇਰੇ ਪੈਸੇ ਵੀ ਮੈਂ ਕਿੱਥੋਂ ਪੈਸੇ ਭਰ ਆ ਗਏ ਕੋਈ ਮੇਰੀ ਸੁਣਵਾਈ ਨਹੀਂ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਪੁਲਿਸ ਵਾਲੇ ਪਤਾ ਨਹੀਂ ਇਹਨਾਂ ਦੇ ਅੰਦਰ ਚਾਹ ਪਾਣੀ ਪੀ ਕੇ ਚਲੇ ਗਏ ਮੁੜ ਗਏ ਉਹਨਾਂ ਨੇ ਮੈਂ ਉਹਨਾਂ ਕੋਲ ਨੰਬਰ ਵੀ ਮੰਗਿਆ ਕਹਿੰਦਾ ਸੀ ਆਪੇ ਫੋਨ ਕਰਦਾ ਕਿ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਨਹੀਂ ਉਹ ਕਹਿੰਦੇ ਕਿ ਜਿਹੜਾ ਸਾਈਕਲ ਆ ਜਾਂ ਕੋਈ ਬੰਦਾ ਕਹਿੰਦੇ ਕੋਈ ਤੀਜਾ ਆਊਗਾ ਉਹ ਕਹਿੰਦੇ ਨਹੀਂ ਕੈਮਰੇ ਵੀ ਕਿਹਾ ਖੰਗਾਲ ਕੇ ਦੇਖ ਲੈਣੇ ਕੈਮਰੇ ਖਲਾ ਕੇ ਦੇਖ ਲੈਣੇ ਆ ਹਾਂਜੀ ਇਹਨਾਂ ਨੇ ਕਿਹਾ ਪਰ ਕੋਈ ਖਲਵਾਏ ਨਹੀਂ ਕੈਮਰੇ ਇਹਨਾਂ ਨੇ ਉੱਤੇ ਕਿਹਾ ਸੀ ਦੱਸਦਾ ਕਿ ਜਦੋਂ ਮੁੰਡਾ ਸਾਨੂੰ ਲੱਭਾ ਮਾਲਕ ਉਸ ਟਾਈਮ ਨਹੀਂ ਸੀਗਾ ਇਹਦੇ ਕੋਲ ਮੁੰਡਾ ਹੀ ਕੋਈ ਬੈਠਾ ਸੀਗਾ ਮੇਰਾ ਬੱਚਾ ਇਹੋ ਹੀ ਦੱਸਣ ਡਿਆ ਆ ਤਾਂ ਇਹਨੇ ਉਹ ਮੁੰਡੇ ਨੂੰ ਕਿਹਾ ਵੀ ਸਾਈਕਲ ਠੀਕ ਕਰ ਦੇ ਰਹਾ ਫਲਾਸ ਨਾ ਤੇ ਮੁੜ ਕੇ ਉਹ ਮੁੰਡੇ ਨੇ ਸਾਈਕਲ ਠੀਕ ਕੀਤਾ ਤਾਂ ਉਹ ਚਲਾ ਗਿਆ ਵਾਪਸ ਮੁੜ ਕੇ ਮੇਰੇ ਮੁੰਡੇ ਨੇ ਉਹਨੂੰ ਪੁੱਛਿਆ ਹਜੇ ਤੱਕ ਮੁੰਡਾ ਆਇਆ ਨਹੀਂ ਹੈਗਾ ਕਿੰਨੇ ਦਿਨ ਹੋਏ ਸੀਗੇ ਨਵਾਂ ਸਾਈਕਲ ਲਿੱਤੇ ਹਜੇ 20 ਦਿਨ ਹੋਏ ਸਾਈਕਲ ਨਵਾਂ 20 ਦਿਨ ਨਹੀਂ ਹੋਏ ਹਾਂਜੀ ਸੋ ਦੇਖ ਸਕਦੇ ਹੋ ਕਿ ਹੱਲੇ 20 ਦਿਨ ਨਹੀਂ ਹੋਏ ਆ ਨਵਾਂ ਸਾਈਕਲ ਲਿੱਤਾ ਸੀਗਾ ਬੜੇ ਚਾਹਾਂ ਦੇ ਨਾਲ ਬੱਚੇ ਨੂੰ ਸਾਈਕਲ ਦੇ ਦਿੱਤਾ ਜੋ ਤਸਵੀਰਾਂ ਜਿਹੜੀਆਂ ਤਾਂ ਸਾਂਝੀਆਂ ਕਰਦੇ ਨੇ ਕਿ ਫਿਰ ਤੋਂ ਦੱਸ ਦਈਏ ਕਿ ਗਾਂਧੀ ਕੈਂਪ ਸਰਕਾਰੀ ਸਕੂਲ ਦੇ ਕੋਲ ਸਾਹਮਣੇ ਇੱਕ ਦੁਕਾਨ ਤੇ ਜਿਹੜਾ ਕਿ ਬੱਚਾ ਜਿਹੜਾ ਸਰਕਾਰੀ ਸਕੂਲ 'ਚ ਪੜ੍ਹਦਾ ਸੀਗਾ ਸੋ ਉਹਦੇ ਵੱਲੋਂ ਜਿਹੜਾ ਕਿ ਸਾਈਕਲ ਦੀ ਬ੍ਰੇਕ ਠੀਕ ਕਰਨ ਵਾਸਤੇ ਜਿਹੜਾ ਕਿ ਇੱਥੇ ਆਉਂਦਾ ਸੋ ਲੜਕਾ ਦੱਸਿਆ ਕਿ ਇੱਥੇ ਇੱਕ ਲੜਕਾ ਹੋਰ ਬੈਠਾ ਸੀਗਾ ਜਿਹੜਾ ਇੱਥੇ ਲੜਕਾ ਕੰਮ ਕਰਦਾ ਉਹਦੇ ਨਾਲ ਇੱਕ ਲੜਕਾ ਹੋਰ ਬੈਠਾ ਸੀ ਸੋ ਉਹਦੇ ਵੱਲੋਂ ਜਿਹੜਾ ਕਿ ਬ੍ਰੇਕ ਠੀਕ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਦੋਨਾਂ ਦੀ ਸਾਈਕਲ ਜਿਹੜੀ ਹੈ ਨਾ ਇੱਕ ਚੁਕਾਈ ਹੈ ਇਸੇ ਮੁੰਡੇ ਨੇ ਚੁਕਾਈ ਹੈ ਨਹੀਂ ਤੁਸੀਂ ਵੇਖਿਆ ਕਿ ਮੁੰਡੇ ਨੂੰ ਪੁੱਛੋ ਉਹ ਹੈ ਥੋ ਤੇ ਫੜਾਈ ਤੇ ਹੈ ਵੇਖਿਆ ਨਹੀਂ ਜੇ ਵੇਖਿਆ ਤੇ ਉਹ ਗੱਲ ਨਹੀਂ ਹੈ ਇਹ ਮੇਰੇ ਕੋਲੇ ਹੈ ਕਮਰੇ ਚ ਕਢਾ ਕੇ ਆਪ ਵੇਖ ਲਾ ਹਾਂ ਥੋ ਤੇ ਫੜਾਈ ਹੈ ਸਾਹਮਣੇ ਲਗਾ ਫੋਨ ਤੇ ਮਦਰ ਜੀ ਕਦੋਂ ਦੀ ਗੱਲ ਹੈ ਕਦੋਂ ਚੱਕਿਆ ਗਿਆ ਸੀ ਕੱਲ ਦੀ ਗੱਲ ਹੈ ਕੱਲ ਦੀ ਗੱਲ ਕੱਲ ਤੋਂ ਅੱਜ ਤੱਕ ਮੇਰੀ ਗੱਲ ਸੁਣੋ ਕੱਲ ਤੋਂ ਅੱਜ ਤੱਕ ਕੈਮਰੇ ਨਹੀਂ ਨਿਕਲੇ ਅੱਜ ਤੱਕ ਉਹ ਵਿਚਾਰਾ ਮੁੰਡਾ ਦੇਖ ਐ ਤੇਰੇ ਸਾਹਮਣੇ ਆ ਖਲੋਤਾ ਤੇ ਉਹ ਵਿਚਾਰਾ ਸਕੂਲ ਆਇਆ ਸੀ ਕਹਿੰਦਾ ਮੈਨੂੰ ਸਾਈਕਲ ਦੱਸ ਦੇ ਉਸੇ ਵੇਲੇ ਆ ਜਾਂਦੀ ਕੈਮਰੇ ਚ ਤੇ ਉਸੇ ਵੇਲੇ ਦੋ ਦਿਨ ਕੈਮਰੇ ਲੱਗੇ ਤੇ ਇਹ ਤਾਂ ਨਹੀਂ ਕਿਹੜਾ ਮੇਰੇ ਕੋਲ ਕੰਮ ਕਰਦਾ ਨਹੀਂ ਅਸੀਂ ਆਖਦੇ ਕਿ ਮੈਂ ਚੋਰੀਆਂ ਕਰਦਾ ਨਹੀਂ ਹਾਂ ਅਗਲੇ ਨੂੰ ਫੁੱਟੂ ਬਣਾਉਣ ਦੇ ਤੈਨੂੰ ਓਏ ਮੈਂ ਬੈਠਾ ਖੜਾ ਮੇਰੇ ਘਰ ਵਾਲਾ ਵੀ ਇਹਨੇ ਵਿਆਹ ਤੇ ਪੈਸਾ ਹਾਂ ਜਮਾ ਸਾਈਕਲ ਲਿਆ ਨਹੀਂ ਹੈ ਮੈਨੂੰ ਕਸਾ ਗਿਆ ਦੁੱਖ ਦੇ ਵਿੱਚ ਰੋ ਰਹੀ ਹੈ ਮਾਂ ਇੱਕ ਸੱਤ ਹਜ਼ਾਰ ਰੁਪਏ ਦਾ ਸਾਈਕਲ ਲੈ ਕੇ ਦਿੱਤਾ ਬੱਚੇ ਨੂੰ ਜਿਹੜਾ ਵਿਆਜ ਦੇ ਪੈਸੇ ਲੈ ਕੇ ਕਹਿੰਦੇ ਸਾਈਕਲ ਲਿਆ ਸੀਗਾ ਔਰ ਇੱਥੇ ਕੋਈ ਬ੍ਰੇਕ ਕਸਣ ਦੇ ਲਈ ਜਿਹੜਾ ਰੋਕਿਆ ਵਾ ਪਰ ਜਿਹੜੇ ਦੁਕਾਨਦਾਰ ਮਾਲਕ ਆ ਉਹ ਕਹਿੰਦੇ ਮੈਂ ਮੌਜੂਦ ਨਹੀਂ ਸੀ ਉਸ ਵੇਲੇ ਪਰ ਦੇਖੋ ਮਾਂ ਇੱਕ ਰੋਂਦੀ ਪਈ ਇੱਕ ਸਾਈਕਲ ਜਿਹੜਾ ਉਹਦਾ ਲੈ ਕੇ ਬੰਦੇ ਰਫੂ ਚੱਕਰ ਹੋ ਗਏ ਨਵਾਂ ਸਾਈਕਲ ਸੀਗਾ ਪਰ ਕਿਤੇ ਨਾ ਕਿਤੇ ਮਾੜੀ ਗੱਲ ਹੈ ਕਿ ਇੱਦਾਂ ਕਿਸੇ ਨੇ ਸਾਈਕਲ ਲੈ ਕੇ ਨਹੀਂ ਸੀਗਾ ਬੰਦਾ ਕਹਿੰਦੇ ਸਾਡਾ ਵਾਕਫ ਵੀ ਮੇਰੇ ਦੀ ਕਮਾਈ ਹੈ ਉਹ ਲੱਗ ਰਹੀ ਜਿਹਨੂੰ ਕਹਿੰਦਾ ਪਿਆ ਕੱਸ ਉਹ ਤੇਰੀ ਮਾਂ ਕਸਮ ਸੀ ਜਿਹਨੂੰ ਕਹਿੰਦਾ ਪਿਆ ਕੱਸ ਕਿਉਂ ਤੂੰ ਦੇਖੋ ਜਦ ਨਹੀਂ ਮਦਦ ਇਹਨਾਂ ਨੇ ਆਪ ਗਿਆ ਕਿਸੇ ਨੂੰ ਇਹਨਾਂ ਨੇ ਆਪ ਗਿਆ ਕਿਸੇ ਨੂੰ ਹਾਂ ਇਸ ਮੁੰਡੇ ਨੇ ਤੇ ਗਿਆ ਹਾਂ ਕਿਹਾ ਨੇ ਕਿਹਾ ਨਾ ਨੇ ਕੱਸ ਦੇ ਇਹਨੇ ਖਿਆ ਨੇ ਇਹਨੇ ਕਿਹਾ ਨੇ ਇਹ ਮੁੰਡੇ ਨੇ ਆ ਕੇ ਉਹਨੇ ਕਿਹਾ ਨਾ ਇਸ ਮੁੰਡੇ ਨੇ ਕਿਹਾ ਸੀ ਨੇ ਆਖੇ ਨੇ ਕਿਹਾ ਤੈਨੂੰ ਹੁਣ ਫੜਾਣਾ ਤੈਨੂੰ ਕਿਹਾ ਤੈਨੂੰ ਫੜਾਣਾ ਨੂੰ ਦੇਖੀ ਨਹੀਂ ਕਹਾਦਾ ਨਹੀਂ ਕਿਉਂ ਨੇ ਨਹੀਂ ਉਹ ਤੁਹਾਡੇ ਸਾਹਮਣੇ ਕਹਿ ਰਹੇ ਨਾ ਕਹਿੰਦੇ ਕਿਹਾ 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 ਨੇ ਇਹ ਸੁਣਦੇ ਨਹੀਂ ਉਹ ਫੜਾਇਆ ਮਾਤਾ ਨੂੰ ਕੀ ਪਤਾ ਕਿੱਥੇ ਰਹਿੰਦੇ ਆ ਮੈਂ ਕਿੱਥੇ ਕਿ ਰਹਿੰਦੇ ਕਹਿੰਦੇ ਤੇ ਮਾਤਾ ਹੈ ਮਾਤਾ ਨੂੰ ਕਿਉਂ ਨਹੀਂ ਪਤਾ ਮੈਂ ਤਾਂ ਨਹੀਂ ਪਤਾ ਪਤਾ ਤੁਸੀਂ ਕਿਹੜਾ ਸੀਗਾ ਦੁਕਾਨ ਤੇ ਮਾਤਾ ਨੇ ਤੁਹਾਡੇ ਦਾ ਦੁਕਾਨ ਹੈ ਦੁਕਾਨ ਤੁਹਾਡੇ ਤੋਂ ਕੋਈ ਹੈਲਪ ਕਰਨੀ ਚਾਹੀਦੀ ਹੈ ਤੁਹਾਨੂੰ ਤਾਂ ਸਗੋਂ ਗਰੀਬਾਂ ਦੀ ਮਦਦ ਕਰਨੀ ਤਾਂ ਤੁਸੀਂ ਕਿਹਾ ਨਹੀਂ ਮਦਦ ਕਰਦੇ ਪਏ ਆ ਪੰਜਾਬੀ ਛੱਡ ਕੇ ਉਹ ਵੇਚ ਕੇ ਖਾ ਗਏ ਨੇ ਬਿਲਕੁਲ ਜੀ ਮਕਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਆਇਆ ਲੱਗੇਗਾ ਹੀ ਨਾ ਸੋ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਹੋਏ ਨੇ ਜਿਹੜਾ ਕਿ ਹੰਗਾਮਾ ਹੋ ਰਿਹਾ ਉਹਨਾਂ ਦਾ ਦੱਸ ਦਈਏ ਕਿ ਸਰਕਾਰ ਫੜਾਣਾ ਆਸ ਮੁੰਡੇ
ਸਰਕਾਰੀ ਸਕੂਲ ਚ ਜਿਹੜਾ ਬੱਚਾ ਉੱਥੇ ਸਾਹਮਣੇ ਤੁਸੀਂ ਦੇਖਦੇ ਸਰਕਾਰੀ ਸਕੂਲ ਉੱਥੇ ਬੱਚਾ ਪੜ੍ਹਦਾ ਸੀਗਾ ਤੇ ਸਾਹਮਣੇ ਜਿਹੜੀ ਆ ਦੁਕਾਨ ਆ ਉੱਥੇ ਇਹਨਾਂ ਦੀ ਬ੍ਰੇਕ ਠੀਕ ਕਰਾਉਣ ਆਉਂਦਾ ਤੇ ਉਸ ਤੋਂ ਬਾਅਦ ਜਿਹੜਾ ਕਿਥੋਂ ਇੱਕ ਬੰਦਾ ਜਿਹੜਾ ਕਿ ਸਾਈਕਲ ਦੁਕਾਨ ਤੇ ਬੈਠਾ ਸੀ ਜਿਹੜਾ ਬ੍ਰੇਕ ਜਿੰਨੇ ਕੱਸੀ ਸੋ ਸਾਈਕਲ ਲੈ ਕੇ ਰੱਫੂ ਚੱਕਰ ਹੋ ਜਾਂਦਾ ਇੱਥੋਂ ਦੀ ਫੜ ਕੇ ਪੈਸੇ 7000 ਦਾ ਸਾਈਕਲ ਵਾਹ ਯਾਰ ਨਿੱਕੇ ਨਿੱਕੇ ਸੰਗ ਤੇ ਨਾ ਪਿਓ ਮਰ ਗਿਆ ਤੇਰੀ ਕੰਮ ਕਰਦੀ ਏ ਇਹ ਕੁੜੀ ਤੇ ਮੁੰਡਾ ਨੂੰ ਵਿਚਾਰੀ ਪਾਲਦੀ ਪਈ ਕਿਰਾਇਆ ਤੇ ਰਹਿੰਦੀ ਏ ਦੱਸੋ मां बेचारी का बुरा हाल है जिहड़ा कि उन्होंने दस्सिया कि 7000 रुपया साइकिल जिहड़ा कि ब्याज ते पैसे लैके जिहड़ा कि साइकिल लिता सीगा सो रो रो के बुरा हाल है उन्होंने ਵਿਆਜੀ ਪੈਸੇ ਵੜ ਕੇ ਜਿਹੜਾ ਕਿ ਸਾਈਕਲ ਬੱਚੇ ਨੂੰ ਲੈ ਕੇ ਤਾਂ ਸਕੂਲ ਦੂਰ ਲੱਗਦਾ ਸੋ ਸਕੂਲ ਆਉਣ ਵਾਸਤੇ ਬੱਚੇ ਨੂੰ ਸਾਈਕਲ ਨਵਾਂ ਲਿਆ ਕੇ ਦਿੱਤਾ ਸੋ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਸਾਹਮਣੇ ਦੁਕਾਨ ਹੈ ਇੱਕ ਸਕੂਟਰਾਂ ਦੀ ਜਿੱਥੇ ਕਿ ਬੱਚਾ ਬ੍ਰੇਕ ਕਸਵਾਉਣ ਆਉਂਦਾ ਤੇ ਇੱਥੇ ਕਿ ਲੜਕਾ ਜਿਹੜਾ ਦੁਕਾਨ ਤੇ ਬੈਠਾ ਸੀਗਾ ਉਹ ਉਹਦਾ ਸਾਈਕਲ ਲੈ ਕੇ ਰੱਫੂ ਚੱਕਰ ਤੇ ਹੋ ਜਾਂਦਾ ਸੋ ਕਾਫੀ ਜਿਹੜਾ ਮੌਕੇ ਦਾ ਹੰਗਾਮਾ ਵੀ ਜਿਹੜਾ ਕਿ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਭਾਰੀ ਹੰਗਾਮਾ ਜਿਹੜਾ ਹੋ ਰਿਹਾ ਦੁਕਾਨ ਦੇ ਬਾਹਰ ਜਿਨ੍ਹਾਂ ਦੀ ਦੁਕਾਨ ਹੈ ਉੱਥੇ ਦੇਖ ਸਕਦੇ ਹੋ ਕਿ ਜਿਨ੍ਹਾਂ ਦੀ ਦੁਕਾਨ ਦੇ ਬਾਹਰ ਲੈ ਕੇ ਆਏ ਪਸੀਜਾ ਜ਼ਿਲ੍ਹੇ ਦਾ ਜਲੰਧਰ ਦੇ ਗਾਂਧੀ ਕੈਂਪ ਦੀਆਂ ਜਿਹੜੀਆਂ ਸਾਂਝੇ ਕਰ ਰਿਹਾ ਥਾਣਾ 2 ਦੇ ਵਿੱਚ ਜਿਹੜੀ ਕੰਪਲੇਂਟ ਹੈ ਪਰਿਵਾਰਕ ਮੈਂਬਰਾਂ ਨੇ ਜਿਹੜੀ ਦਰਜ ਕਰਵਾ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਸਾਰਾ ਮਾਮਲਾ ਹੈ ਥਾਣਾ 2 ਦੇ ਜਿਹੜੀ ਪੁਲਿਸ ਹੈ ਉਹਨਾਂ ਨੂੰ ਜਿਹੜਾ ਸਰਕਾਰੀ ਸਕੂਲ ਸਾਹਮਣੇ ਹੀ ਜਿਹੜਾ ਸਰਕਾਰੀ ਸਕੂਲ ਹੈ ਇੱਥੇ ਬੱਚਾ ਪੜ੍ਹਦਾ ਔਰ ਇਸ ਜਗ੍ਹਾ ਦੇ ਉੱਪਰ ਦੁਕਾਨ ਹੈ ਜਿਹੜੀ ਦੱਸਿਆ ਜਾ ਰਿਹਾ ਕੋਈ ਮੋਟਰਸਾਈਕਲਾਂ ਦੀ ਉੱਥੇ ਆਇਆ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਬ੍ਰੇਕ ਕਸੀ ਸੀ ਉਹ ਦੁਕਾਨ ਦੇ ਅੰਦਰ ਹੀ ਬੈਠਾ ਸੀ ਅੰਦਰੋਂ ਹੀ ਉਹਨੇ ਪਲਾਸ ਚੁੱਕ ਕੇ ਬ੍ਰੇਕ ਕਸੀ ਔਰ ਉਸ ਤੋਂ ਬਾਅਦ ਬੱਚੇ ਨੂੰ ਕਿਹਾ ਕਿ ਮੈਂ ਟਰਾਈ ਲੈ ਕੇ ਆਉਣਾ ਜੋ ਟਰਾਈ ਲੈਣ ਤੋਂ ਬਾਅਦ ਜਿਹੜਾ ਕਿ ਟਰਾਈ ਲੈਣ ਗਿਆ ਉਸ ਤੋਂ ਬਾਅਦ ਜਿਹੜਾ ਕਿ ਵਾਪਸ ਹੀ ਨਹੀਂ ਆਇਆ ਸੋ ਰੋ ਰੋ ਕੇ ਤੁਸੀਂ ਦੇਖ ਸਕਦੇ ਮਾਂ ਦਾ ਬੁਰਾ ਹਾਲ ਹੈ ਕਿਉਂਕਿ ਮਾਂ ਦਾ ਕਹਿਣਾ ਕਿ ਜਿਹੜਾ ਕਿ ਮੈਂ ਫੈਕਟਰੀ 'ਚ ਕੰਮ ਕਰਦੀ ਔਰ ਮੈਂ ਵਿਆਜੀ ਪੈਸੇ ਫੜ ਕੇ ਜਿਹੜਾ ਬੱਚੇ ਨੂੰ 7000 ਦਾ ਸਾਈਕਲ ਨਵਾਂ ਹੀ ਲੈ ਕੇ ਦਿੱਤਾ ਜੇ 20 ਦਿਨ ਹੋਏ ਆ ਲੜਕਾ ਜਿਹੜਾ ਦੂਜਾ ਜਿਹੜਾ ਕਿ ਜੌਬ ਕਰਦਾ ਉਹ ਵੀ ਕਹਿ ਰਿਹਾ ਕਿ ਮੈਨੂੰ ਜਿਹੜਾ ਨੀਰੇ ਦਾ ਨਹੀਂ ਪਤਾ ਉਹ ਬਚ ਗਿਆ ਨਾ ਕਿਤੇ ਇੱਕ ਦੁੱਖ ਦੇ ਵਿੱਚ ਇੱਕ ਮਾਂ ਦੇਖ ਸਕਦੇ ਹੋ ਕਿ ਤੁਹਾਨੂੰ ਤਸਵੀਰਾਂ ਜਿਹੜੀਆਂ ਗਾਂਧੀ ਕੈਂਪ ਜਲੰਧਰ ਦੀਆਂ ਸਾਂਝੇ ਕਰ ਰਹੇ ਹਾਂ ਗਰੀਬ ਔਰਤ ਜਿਹੜੀ ਦੱਸ ਰਹੀ ਹੈ ਕਿ 7000 ਰੁਪਏ ਵਿਆਜੀ ਪੈਸੇ ਲੈ ਕੇ ਜਿਹੜਾ ਕਿ ਸਾਈਕਲ ਲਿਖਤਾ ਸੀ ਔਰ ਅੱਜ ਜਿਹੜਾ ਕਿ ਦੱਸਿਆ ਰਿਹਾ ਕੱਲ੍ਹ ਜਿਹੜਾ ਕਿ ਸਕੂਲੋਂ ਜਿਹੜਾ ਕਿ ਬ੍ਰੇਕ ਕਸਾਉਣ ਤੋਂ ਬਾਅਦ ਜਿਹੜਾ ਕਿ ਉੱਥੋਂ ਦੀ ਰੱਫੂ ਚੱਕਰ ਹੋ ਜਾਂਦਾ ਜਿਹੜਾ ਦੁਕਾਨ ਦੇ ਅੰਦਰ ਹੀ ਬੰਦਾ ਬੈਠਾ ਸੀਗਾ ਤੋ ਇਸ ਖਬਰ ਲੈ ਕੇ ਹੋਰ ਅਪਡੇਟ ਆਉਂਦੀ ਤੁਹਾਡਾ ਦੁਆਰਾ ਫਿਰ ਰੂਬਰੂ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਜਲੰਧਰ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।